ਕਿ ਜਿਹਦਾ ਨਾਂ ਚੁਣ ਕੇ ਰੱਖਿਆ ਗਿਆ ਸੋਲ ਸਿਲੈਰੀ ਕਰਮਾ, ਇਹਦੇ ਵਿੱਚ ਪਹਿਲੇ ਹੀ ਸਟਾਰਟਿੰਗ ਦੇ ਉੱਤੇ ਛੇ ਲੱਗਿਆ, ਸੋਲ ਸਿਲੈਰੀ ਕਰਮਾ ਦਾ ਸਤਿਕਾਰ ਕਰੋ, ਸਾਰੇ ਕਰਮਕਾਰਾਂ ਨਾਲ ਪਿਆਰ ਕਰੋ। ਇੱਕ ਤਾਂ ਇਹੋ ਗਿਆ, ਇਹਦਾ ਡਬਲ ਮੀਨਿੰਗ ਆ ਗਿਆ, ਇੱਕ ਤਾਂ ਸਾਰੇ ਆਪਾਂ ਸਾਰੇ ਕਰਮਕਾਰਾਂ ਨਾਲ ਪਿਆਰ ਕਰੋ, ਇੱਕ ਕਹਿੰਦੇ ਇਹ ਸਾਰੇ ਕਰਮਕਾਰ ਬੈਠੇ, ਇਹ ਸਾਰੇ ਕਰਮਕਾਰਾਂ ਨਾਲ ਡਬਲ ਹੋ ਗਿਆ, ਸਾਰੇ ਕਰਮਕਾਰਾਂ ਨਾਲ ਪਿਆਰ ਕਰੋ। ਸੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ। ਹੁਣ ਇਹਦਾ ਲੋਕਰਪਣ ਸਾਡੇ ਸਰਕਾਰ ਜੋ ਡਾਕਟਰ ਦਰਿੰਦਰ ਸਿੰਘ ਜੀ ਵਾਲਾ ਜ਼ਿਲ੍ਹਾ ਪਾਤਸ਼ਾਹ ਸਿਖਣਗੇ। ਅਸੀਂ ਕੁਝ ਟਾਈਮ ਮਿੰਟ ਵੇਟ ਕਰ ਲਾਂਗੇ ਜੀ ਸਿੱਧੂ ਸਾਹਿਬ ਆ ਜਾਣ, ਅਤੇ ਇਹਦੇ ਵਿੱਚ 80 ਲੇਖਕ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, 80 ਲੇਖਕਾਂ ਦੀਆਂ ਕਲਮਾਂ ਨੇ ਆਪਣਾ ਜ਼ੋਰ ਦਿਖਾਇਆ, ਇੱਕ ਤੋਂ ਇੱਕ ਝੜਦੀਆਂ, ਇੱਕ ਤੋਂ ਇੱਕ ਝੜਦੀਆਂ, ਕੌਣ ਜਾਣੇ ਮੇਰਾ ਨਾਮ ਕਿਉਂ। ਕੋਈ ਕਰਮਕਾਰ ਐਸਾ ਨਹੀਂ ਹੈ ਜਿਹਦੀ ਕਰਮ ਦੇ ਆਪਣੇ ਪੂਰਨੇ ਨਾ ਪਾਏ ਹੋਣ। ਮੈਂ ਸਾਰੀਆਂ ਰਚਨਾਵਾਂ ਆਪ ਪੜ੍ਹ ਕੇ ਅੱਗੇ ਭੇਜੀਆਂ, ਬੜੀ ਖੁਸ਼ੀ ਹੁੰਦੀ ਹੈ। ਉਪਰਾਲਾ ਇਹ ਕੀਤਾ ਗਿਆ ਸੀ ਕਿ ਕੁਝ ਕੁ ਮੇਰੇ ਵੀਰ ਭੈਣ ਕਿਸੇ ਪੱਖੋਂ ਕਹਿ ਲਈਏ ਥੋੜ੍ਹਾ ਜਿਹਾ ਕੋਈ ਸਾਡੇ ਨਾਮਵਰ ਸਾਹਿਤਕਾਰ ਜਿਹੜੇ ਉਹਨਾਂ ਦਾ ਸਾਥ ਨਹੀਂ ਦਿੰਦੇ ਜਾਂ ਲੱਤਾਂ ਕਿਸ ਕਹਿੰਦੇ ਹੁੰਦੇ ਆਪਣੇ 'ਚ ਬਹੁਤ ਜ਼ਿਆਦਾ ਹੈ, ਉਹਨਾਂ ਨੂੰ ਸ਼ਾਬਾਸ਼ ਤਾਂ ਕੀ ਦੇਣੀ ਆ, ਕੋਈ ਲਿਖਦਾ ਉਹਨੂੰ ਕਿੰਤੂ ਪਰੰਤੂ ਕਰਕੇ ਜਿਹੜਾ ਉਹ ਮਨੋਬਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ ਨਾਮਵਰ ਲੋਕਾਂ ਵੱਲੋਂ। ਅਤੇ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਸਰ ਵੀ ਤੁਸੀਂ ਪਹਿਲਾਂ ਕਿਤਾਬ ਅਸੀਂ ਛਾਪੀ ਸੀਗੀ, ਪਹਿਲਾਂ ਧੀਆਂ ਭੈਣਾਂ ਸਾਡੀਆਂ 2 ਸਾਲ ਪਹਿਲਾਂ ਭੈਣ ਜੀ ਅਰਜੀਤ ਜੀ ਬੈਠੇ ਆ, ਅਤੇ ਬੜਾ ਸਾਨੂੰ ਉਸ ਕਿਤਾਬ ਦਾ ਰਿਸਪੋਂਸ ਮਿਲਿਆ ਸੀ। ਅਖਬਾਰਾਂ ਨੇ ਆਪਣੇ ਆਪ ਉਹ ਨਿਊਜ਼ ਚੱਕ ਕੇ ਆਪਣੇ ਆਪ ਲਾਈਆਂ ਮੇਰੀ ਫੇਸਬੁੱਕ ਤੋਂ ਡਿਟੇਲ ਚੱਕ, ਅਤੇ ਹੁਣ ਵੀ ਸਾਰਾ ਦਾ ਜਿਹੜੇ ਸਾਡੇ ਉਹ ਵੀਰ ਭੈਣ ਜਾਂ ਮਾਲੀ ਹਾਲਤ 'ਚ ਖਰਚਾ ਬਰਚਾ ਨਹੀਂ ਕਰ ਸਕਦੇ, ਉਪਰਾਲਾ ਇਹ ਮੈਂ ਉਸ ਪੱਖੋਂ ਕੀਤਾ ਸੀਗਾ ਕਿ ਚਲੋ ਮੈਂ ਆਪਦੇ ਵੱਲੋਂ ਕੁਛ ਲਾ ਕੇ ਅਤੇ ਉਹ ਵੀਰਾਂ ਭੈਣਾਂ ਨੂੰ ਕੋਸ਼ਿਸ਼ ਕਰਾਂ ਵੀ ਉਹਨਾਂ ਦੀ ਕਲਮ ਰੁਕੇ ਨਾ। ਜਿਵੇਂ ਸਾਡੇ ਨਾਂ ਮਾਲਕ ਨੇ ਉਜਾਗਰ ਕੀਤੀ ਹੈ ਦੁਨੀਆਂ 'ਤੇ, ਅਸੀਂ ਚਾਹੁੰਦੇ ਹਾਂ ਵੀ ਸਾਰਾ ਕੋਈ ਵੀ ਕਲਮਕਾਰ ਐਸਾ ਨਾ ਹੋਵੇ ਜਿਹੜਾ ਮਾਲੀ ਪੱਖੋਂ ਜਾਂ ਕਿਸੇ ਦੇ ਦਬਾਉਣ ਦੇ ਨਾਲ ਨਹੀਂ ਮਾਰਿਆ ਜਾਵੇ। ਰਲ ਮਿਲ ਕੇ ਉਸ ਚੀਜ਼ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ। ਇਹਦੇ ਵਿੱਚ ਮੈਂ ਇੱਕ ਬੇਨਤੀ ਕਰਾਂਗਾ ਕਿ ਪ੍ਰਿੰਸੀਪਲ ਜੀ ਅਤੇ ਆਪਣੇ ਮੇਰੇ ਵੀਰ ਸ਼ਿੰਦਾ ਬੁਰਜਵਾਲਾ ਜੀ, ਪੁਸਤਕਾਂ ਜਿਹੜੀਆਂ ਹੈਗੀਆਂ ਨੇ ਖੁੱਲ੍ਹੀਆਂ ਪੁਸਤਕਾਂ, ਜਿਹੜੇ ਲੇਖਕਾਂ ਦਾ ਨਾਮ ਆ ਉਹਨਾਂ ਨੂੰ ਪੁਸਤਕਾਂ ਕਰੀ ਦਿੱਤੀਆਂ ਜਾਣ, ਕੱਲੇ ਕੱਲੇ ਨੂੰ ਉਹਨਾਂ ਨੂੰ ਪੁਸਤਕਾਂ ਦੇ ਦਿਓ ਜਿਹੜੇ ਆਪਣੇ ਜਿਹਨਾਂ ਦੇ ਨਾਮ ਛੇ ਸਾਰੇ ਬੱਚੇ ਆ ਉਹ ਪੁਸਤਕ ਤੁਸੀਂ ਸਦਾ ਸਭ ਤੁਸੀਂ ਲੈ ਲਓ, ਨਾਲ ਇਹਨਾਂ ਦੇ ਉਹਨਾਂ ਨੂੰ ਦੇ ਦਿਓ ਪੁਸਤਕਾਂ ਅਤੇ ਨਾਲ ਫਿਰ ਜਦੋਂ ਆਪਾਂ ਲੋਕ ਅਰਪਣ ਕਰਾਵਾਂਗਾ। ਇਹਦੇ ਵਿੱਚ ਸਾਰਿਆਂ ਨੇ ਉਹ ਆਪਾਂ ਆਪਣੀ ਰਚਨਾ ਪੜ੍ਹ ਲੈਣਗੇ, ਕਿਉਂਕਿ ਜਿਹਨੇ ਇੱਥੇ ਪੰਜ ਚਾਰ ਜਣੇ ਇਹ ਨਾ ਕਰੋ ਕੋਈ ਮੈਨੂੰ ਟਾਈਮ ਨਹੀਂ ਮਿਲਿਆ ਅਤੇ ਮੈਂ ਬੜੀ ਦੂਰੋਂ ਆਇਆ ਸੀ, ਲੇਕਿਨ ਇੱਕ ਸਬਰ ਦਾ ਪਿਆਲਾ ਮਿੱਠਾ ਹੁੰਦਾ ਅਤੇ ਉਹਦੇ ਵਿੱਚ ਸਾਰਿਆਂ ਨੇ ਅਸੀਂ ਸਬਰ ਕਰਨਾ, ਮੈਨੂੰ ਚਾਹੇ ਨਾ ਟਾਈਮ ਦਿੱਤਾ ਜਾਵੇ ਲੇਕਿਨ ਹੁਣ ਮੈਨੂੰ ਬੋਲਣਾ ਪੈਣਾ ਕੋਈ ਕਿਤਾਬ ਬਾਰੇ, ਤਕਰੀਬਨ ਜ਼ਿਆਦਾ ਮੈਂ ਹੀ ਪੜ੍ਹਿਆ ਅਤੇ
ਉਹਦੇ ਵਿੱਚ ਸਾਰਿਆਂ ਨੂੰ ਕਿਤਾਬਾਂ ਦਿੱਤੀਆਂ ਜਾਣਗੀਆਂ, ਜਿਹੜੇ ਲੇਖਕਾਂ ਦੇ ਵਿੱਚ ਨਾਮ ਹੈ ਜਿਹਨਾਂ ਨੇ ਰਚਨਾਵਾਂ ਲਿਖੀਆਂ, ਆਪਣੀ ਆਪਣੀ ਇੱਕ ਰਚਨਾ ਜਿਹੜੀ ਉਹਨਾਂ ਨੂੰ ਵਧੀਆ ਲੱਗਦੀ ਹੈ ਉਹ ਰਚਨਾ ਪੜ੍ਹ ਕੇ ਹੱਜ ਦੀ ਹੋਣੀ ਹੈ ਕਵੀ ਦਰਬਾਰ ਦੇ ਵਿੱਚ। ਅਤੇ ਮੈਂ ਤੁਹਾਨੂੰ ਇੱਕ ਆਪਦੇ ਵੱਲੋਂ ਵੀ ਜੋ ਚਿੱਤਰ ਰਚਨ ਕੀਤਾ, ਕਿਉਂਕਿ ਕਲਮਾਂ ਦਾ ਸਤਿਕਾਰ ਇਹਦੇ ਉੱਤੇ ਚੈਪਟਰ ਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਕਲਮਾਂ ਦਾ ਸਤਿਕਾਰ, ਕਿ ਕਲਮਾਂ ਨੂੰ ਸਤਿਕਾਰ ਪਿਆਰ ਦੇਣ ਵਾਸਤੇ ਜਦੋਂ ਸਮਾਂ ਹੁੰਦਾ। ਕਈ ਵਾਰੀ ਮੈਂ ਬਚਪਨ 'ਚ ਲਿਖਦਾ ਹੁੰਦਾ ਸੀ, 1988 ਦੇ ਵਿੱਚ ਮੇਰਾ ਪਹਿਲਾ ਗੀਤ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ ਗੁਰਾ ਸਾਹਿਬ, 1988 ਦੇ ਵਿੱਚ ਲਿਖਦਾ ਮੈਂ ਬਹੁਤ ਪਹਿਲਾਂ ਸੀ, 77 ਤੋਂ 12 ਸਾਲ ਦੀ ਉਮਰ 'ਚ, ਔਰ ਉਸੇ ਗੁਰੂ ਘਰ ਮੈਂ ਮੱਥਾ ਟੇਕ ਆਇਆ। ਉਸ ਤਰ੍ਹਾਂ ਸ਼ਾਇਦ ਮੀਡੀਆ 'ਤੇ ਦੇਖ ਲਿਆ ਹੋਇਆ, ਸੋਸ਼ਲ ਮੀਡੀਆ 'ਤੇ ਮੈਂ ਫੋਟੋ ਪਾਈ ਹੈ। ਉਸੇ ਗੁਰੂ ਘਰ ਨੂੰ ਉਹਨਾਂ ਨੇ ਸਪੈਸ਼ਲ ਸਨਮਾਨ ਕੀਤਾ, ਮੈਂ ਮੱਥਾ ਟੇਕਣ ਗਿਆ, ਮੈਂ ਕਿਹਾ ਜੀ ਮੈਂ ਅਸੀਂ ਕਿਤਾਬ ਲਈ ਲਿਖਦੇ ਹਾਂ ਅਤੇ ਗੁਰੂ ਘਰ ਮੈਂ ਮੱਥਾ ਟੇਕਣਾ, ਅਤੇ ਬੜਾ ਸੋਹਣਾ ਲੱਗਦਾ ਜਦੋਂ ਕੋਈ ਕੰਮ ਕਰਦਾ ਅਤੇ ਉਹਨੂੰ ਸ਼ਾਬਾਸ਼ ਮਿਲਦੀ ਹੈ, ਕਦੇ ਨਾ ਕਿਸੇ ਨੂੰ ਫੜਕਾਰਿਆ ਕਰੋ, ਸਾਡਾ ਕੋਈ ਲੇਖ ਮਾੜਾ ਚੰਗਾ ਲਿਖ ਦਿੰਦਾ, ਉਹਨੂੰ ਸਿੱਖਿਆ ਦਿਓ ਆ ਵੀ ਜੀ ਇੱਦਾਂ ਨਹੀਂ ਪੜ੍ਹਦੀ ਇੱਦਾਂ ਨਹੀਂ। ਹੁਣ ਕਈ ਚੀਜ਼ਾਂ ਮੈਂ ਹੁਣ ਬਹੁਤ ਬੈਠੇ ਨੇ, ਜਿਹੜੀ ਚੀਜ਼ ਇਹਨਾਂ ਦੇ ਸ਼ਬਦ ਜੋੜ ਠੀਕ ਕਰਨਾ ਸੀ, ਮੈਂ ਉਹਨੂੰ ਲਿਖ ਕੇ ਭੇਜਤਾ ਜੀ ਸਭ ਆਪ ਜਿਹੜਾ ਬਣਨਾ ਸੀਗਾ ਮੋਮੈਂਟੋ, ਅਤੇ ਜਿਹੜਾ ਇਹ ਬੈਨਰ ਬਣਿਆ, ਅਤੇ ਇਹਦੇ ਵਿੱਚ ਮੈਂ ਜਿੰਨਾ ਮਰਜ਼ੀ ਮਾਲਕ ਦੀ ਕਿਰਪਾ ਨਾਲ ਦੁਨੀਆਂ ਦੇ ਨਾਮ ਆ ਗਲਤ ਦੇ ਨਾਮ ਹੈ, ਲੇਕਿਨ ਉਹਦੇ ਵਿੱਚ ਮੇਰੇ ਬਹੁਤ ਅੱਖਰ ਜਿਹੜੇ ਸੀਗੇ ਇਹਨਾਂ ਦੇ ਸ਼ਬਦ ਜੋੜ ਠੀਕ ਕੀਤਾ। ਜੇ ਇਹ ਕੁਛ ਪਤਾ ਚੱਲਦਾ ਮੈਨੂੰ ਲਿਖਦੇ ਕਿ ਤੈਨੂੰ ਇੰਨਾ ਵੱਡਾ ਲੇਖਕ ਹੋਣਾ, ਅਤੇ ਉਹ ਉੱਥੇ ਮੇਰਾ ਮਨ ਟੁੱਟਣਾ ਸੀ। ਇਹਨਾਂ ਨੇ ਉਸੇ ਟਾਈਮ ਆਲੋ ਲਿਖਾ ਜੀ, ਅਤੇ ਮੈਂ ਪੋਸਟਰ ਬਣਾ ਕੇ ਭੇਜਦਾ ਸੀ, ਮਤਲਬ ਉਹ ਸ਼ਾਬਾਸ਼ ਦਿਆ ਕਰੋ, ਜੇ ਕੋਈ ਕੋਈ ਗਲਤੀ ਹੁੰਦੀ ਹੈ ਉਹਨੂੰ ਸੁਧਾਰੋ, ਮੈਂ ਆਪਣੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੋ। ਅਤੇ ਇਹ ਸਾਡੇ ਸਾਹਿਤਕਾਰਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਅਤੇ ਮੈਂ ਆਪਦੇ ਵੱਲੋਂ ਜਿਹੜੀ ਇੱਕ ਰਚਨਾ 2-4 ਸ਼ੇਰ ਪੜ੍ਹ ਦਿੰਦਾ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਇਸ ਤਰ੍ਹਾਂ ਸਾਡੇ ਵੀਰ ਸ਼ਾਇਦ ਪੱਟੀ ਜੀ ਕਰਨਗੇ। ਇਹਦੇ ਵਿੱਚ ਸਜਦਾ ਉਹਨਾਂ ਸੋਨ ਸੁਨਹਿਰੀ ਕਲਮਾਂ ਨੂੰ, ਸਜਦਾ ਉਹਨਾਂ ਸੋਨ ਸੁਨਹਿਰੀ ਕਲਮਾਂ ਨੂੰ ਜਿਹਨਾਂ ਅੰਦਰ ਹੈ ਸਤਿਕਾਰ ਪੰਜਾਬੀ ਦਾ, ਜਿਹਨਾਂ ਅੰਦਰ ਹੈ ਸਤਿਕਾਰ ਪੰਜਾਬੀ ਦਾ, ਲਿਖ ਸੋਹਣੇ ਅਲਫਾਜ਼ ਹਮੇਸ਼ਾ ਕਰਦੀਆਂ ਜੋ, ਉੱਚਾ ਅਤੇ ਸੁੱਚਾ ਪ੍ਰਚਾਰ ਪੰਜਾਬੀਆਂ ਦੇ, ਲੱਖਾਂ ਸਲੇਹਪੁਰੀ ਉਹਨਾਂ ਤੋਂ ਗਲੇਹਾਰੇ, ਲੱਖਾਂ ਸਲੇਹਪੁਰੀ ਉਹਨਾਂ ਤੋਂ ਗਲੇਹਾਰੇ, ਛੱਡ ਈਰਖਾ ਨਿੰਦਿਆ ਚੁਗਲੀ ਜੋ ਕਲਮਾਂ, ਅੱਖਾਂ ਖੋਲਦੇ ਉੱਠ ਸੁਬਾਹ ਅੰਮ੍ਰਿਤ ਵੇਲੇ, ਰੱਬ ਦੇ ਵਾਂਗ ਕਰ। ਬਹੁਤ ਆਭਾਰੀ ਹਾਂ ਤੁਹਾਡਾ ਸਾਰਿਆਂ ਦਾ, ਜਿਹਨਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਬਹੁਤ ਦੂਰੋਂ ਵੀ ਅਤੇ ਨੇੜਿਓਂ ਵੀ, ਚੰਡੀਗੜ੍ਹ ਵਾਲੇ ਭਾਰੀ ਵਾਲੇ ਵੀ ਹੈਗੇ ਆ ਅਤੇ ਬਹੁਤ ਦੂਰ ਦੂਰ ਤੋਂ ਆਏ ਨੇ, ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਬਹੁਤ ਸਾਹਿਬ ਸਾਡੇ ਡਾਕਟਰ ਕੁਚਨ ਕੋਚਰ ਜੀ ਵਾਲੇ ਦੇ ਬੇਟੀ ਆਏ ਨੇ, ਅੰਜੂ ਅਮਨਦੀਪ ਗਰੋਵਰ ਸਾਰੇ, ਮੈਂ ਹੁਣ ਨਾ ਕਿਤੇ ਕਿਤੇ ਲਵਾਂ ਕਿਉਂਕਿ ਪਹਿਲਾਂ ਬੋਲ ਚੁੱਕੇ ਆਪਾਂ ਸਾਰੇ, ਅਤੇ ਸਾਡੇ ਬੱਚੇ ਖਾਸ ਕਰਕੇ ਜਿਹੜੇ ਗੋਹਾ ਸਾਹਿਬ ਵੱਲੋਂ ਪਿੱਛੇ ਬੈਠੇ ਨੇ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਹਨਾਂ ਨੂੰ ਇਹਨਾਂ ਨੇ ਬੁਲਾ ਕੇ
ਤੇ ਇੱਥੇ ਸਾਨੂੰ ਦਰਸ਼ਨ ਕਰਾਏ ਇਹਨਾਂ ਦੇ, ਅਤੇ ਨਾਲੇ ਸੁਹਾਵਨ ਮਹਾਰਾਜ ਨਾਲ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ। ਜਿੰਨਾ ਵੀ ਪ੍ਰੋਗਰਾਮ ਆਪਣੇ ਸੁਣਿਆ ਵੀ ਬਹੁਤ ਸਾਰਾ ਬੋਲ ਰਹੇ ਸੀ, ਕਿਉਂਕਿ ਮੈਂ ਵੀ ਦੇਖ ਰਿਹਾ ਵੀ ਕਿਉਂਕਿ ਮੈਂ ਤਾਂ ਪੜ੍ਹੀਆਂ ਨੇ ਇਹਨਾਂ ਨੇ ਪੜ੍ਹੀਆਂ ਨੇ, ਲੇਕਿਨ ਸੁਣ ਕੇ ਇਹਨਾਂ ਨੇ ਉਹ ਆਪਣੇ ਭਾਵ ਪ੍ਰਗਟ ਕੀਤੇ ਆ ਵੀ ਇੱਕ ਤੋਂ ਇੱਕ ਧੜਦੀ ਆ, ਕੌਣ ਜਾਣੇ ਮੇਰਾ ਨਾਂ ਜੀ ਜਿਵੇਂ ਬਣਦੀ ਆ ਤੋਂ ਪੜ੍ਹਦੇ ਹਾਂ। ਇਸੇ ਤਰ੍ਹਾਂ ਸਾਰੇ ਲੇਖਕ ਕੋਈ ਕਲਮ ਘੱਟ ਨਹੀਂ ਹੈ, ਸਾਰੇ ਬਰਾਬਰ ਨੇ। ਤਾਂ ਕਿ ਸਾਡੇ ਕਹਿ ਦੇਵੇ ਕੋਈ ਮੈਂ ਕੋਈ ਵੱਡਾ ਲੇਖਕ ਹਾਂ ਅਤੇ ਕਿਸੇ ਨੂੰ ਅਸੀਂ ਛੋਟਾ ਕਰੀਏ, ਉਹ ਕੋਈ ਨਹੀਂ ਹੈ। ਅਸੀਂ ਕਿਣਕਾ ਇੱਕ ਜੇ ਜੀਵ ਸਾਹਿਬ ਹੈ ਜਿਹਦੇ ਇਹ ਸੱਚਾਈ ਕਿਣਕਾ ਭਰ ਵੀ ਦਿਲ ਦੇ ਵਿੱਚ ਵੱਸਦੀ, ਉਹ ਮਾਣ ਹੰਕਾਰ ਨਹੀਂ ਰੱਖਦਾ, ਉਹ ਸਹਿਤਕਾਰ ਨਹੀਂ ਕਹਾਉਂਦਾ ਜਿਹਦੇ ਅੰਦਰ ਕੋਈ ਹਉਮੈ ਹੰਕਾਰ ਹੈ। ਸੋ ਅਸੀਂ ਗੁਰਮਤਿ ਅਨੁਸਾਰ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੈ। ਇਸੇ ਤਰ੍ਹਾਂ ਨਾਲ ਮਿਲ ਕੇ ਅਸੀਂ ਸਾਰਿਆਂ ਨੇ ਅੱਗੇ ਦੇ ਅੱਗੇ ਵੱਧਦੇ ਜਾਣਾ, ਇੱਕ ਦੂਜੇ ਨੂੰ ਅਸੀਂ ਹੌਸਲਾ ਦੇ ਕੇ ਉੱਪਰ ਉਠਾਉਣ ਦੀ ਕੋਸ਼ਿਸ਼ ਕਰਨੀ ਹੈ। ਕਿਸੇ ਦਾ ਹੱਥ ਫੜ ਕੇ ਬਾਂਹ ਫੜ ਕੇ ਸਾਨੂੰ ਲੋੜ ਪੈਂਦੀ ਹੈ ਅੱਗੇ ਕਰਨ ਦੀ, ਰਸਤਾ ਪਾਰ ਕਰਾਉਣ ਦੀ, ਤੁਹਾਨੂੰ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਇਹੋ ਮੇਰਾ ਜ਼ਿੰਦਗੀ ਦਾ ਆਪਣੇ ਪੜ੍ਹਨ ਵੀ ਹੈ ਅਤੇ ਤਜਰਬੇ ਬਹੁਤ ਕੀਤੇ ਹੈ। ਸੋ ਮੈਂ ਜਦ ਇਹ ਨਾ ਬੋਲਾਂ, ਆਪਾਂ ਇਸ ਵੇਲੇ ਸਮਾਪਤੀ ਕਰਦੇ, ਸਾਰਿਆਂ ਨੇ ਪ੍ਰਸ਼ਾਦਾ ਤਿਆਰ ਹੈ, ਸ਼ਾਕੀ ਜਾਣ ਦੀ ਕਿਰਪਾਲਤਾ ਕਰੀ, ਲੇਟ ਤਾਂ ਅਸੀਂ ਵੀ ਹੋ ਰਹੇ ਹਾਂ, ਲੇਕਿਨ ਇਹ ਸਾਰਾ ਕੁਛ ਬਹੁਤ ਸਾਹਿਬ ਦੇ ਅੰਦਰੋਂ ਤਿਆਰ ਕਰਵਾਇਆ ਹੋਇਆ ਅਤੇ ਉਹ ਆਪਾਂ ਛੱਡ ਕੇ ਨਹੀਂ ਜਾਣਾ, ਕਿਸੇ ਨੇ ਵੀ ਸਾਰਿਆਂ ਸ਼ਰਮਾ ਪਹੁੰਚਾ। ਇੱਕ ਹੋਰ ਮੇਰੀ ਬੇਨਤੀ ਹੈ ਕਿ ਜਿਹੜੇ ਲੇਖਕ ਨੂੰ ਕਿਤਾਬ ਇੱਕ ਇੱਕ ਲਈ ਹੈ, ਕਿਤਾਬ ਤੋਂ ਕਿਤਾਬ ਜੀ ਤੋਂ ਹੋਰ ਚਾਹੀਦੀ ਹੈ, ਜਿਹੜੇ ਮੁਤਾਬਕ ਆਪਾਂ ਕਿਤਾਬ ਤਿਆਰ ਕੀਤੀ ਹੈ, ਮੇਰੇ ਕੋਲ ਕਿਤਾਬਾਂ ਹੋਰ ਪਈਆਂ, ਜਿਹਦੇ ਕੋਲ ਇੱਕ ਕਿਤਾਬ ਹੈ ਮੇਰੇ ਕੋਲ ਆ ਕੇ ਉਹ ਲੈ ਜਾਣ ਅਤੇ ਆਪਣੇ ਬਾਕੀ ਦਾ ਜੋ ਅਗਲਾ ਟਾਈਮ ਆਏਗਾ ਉਹ ਅਗਲੇ ਟਾਈਮ ਦੇ ਉੱਤੇ ਹੋ ਸਕਦਾ ਲੁਧਿਆਣੇ ਜਾਂ ਅੰਮ੍ਰਿਤਸਰ ਜਾਂ ਜਲੰਧਰ ਕਿਤੇ ਵੀ ਪਟਿਆਲੇ ਭਾਸ਼ਾ ਭਾਗ, ਕਿਉਂਕਿ ਚਾਰ ਪੰਜ ਇਹ ਸਮਾਗਮ ਸਾਡੇ ਮੰਚ ਵੱਲੋਂ ਮਨ ਪੰਜਾਬੀ ਅਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਵੱਲੋਂ ਯੂਕੇ ਵੱਲੋਂ ਕੀਤੇ ਜਾਣੇ ਆ, ਜਿਹਦੇ ਵਿੱਚ ਇਹਨਾਂ ਮੇਰੀਆਂ ਭੈਣਾਂ ਨੇ ਦਵਿੰਦਰ ਖੁਸ਼ ਧਾਰੀਵਾਲ ਅਤੇ ਰਾਜਵੀਰ ਕੌਰ ਗਰੇਵਾਲ ਜਿਹੜੇ ਨਹੀਂ ਪਹੁੰਚਿਆ ਕਿਸੇ ਕਾਰਨ, ਇਹਨਾਂ ਨੇ ਸਹਿਯੋਗ ਦੇ ਕੇ ਜਿਹੜੀ ਕਿਤਾਬ ਨੂੰ ਪ੍ਰਫੁੱਲਤਾ ਬਖਸ਼ੀ ਹੈ ਅਤੇ ਮੈਂ ਇਹਨਾਂ ਦਾ ਵੀ ਧੰਨਵਾਦ ਹਾਂ। ਸਾਰੇ ਜਿੰਨੇ ਮੇਰੇ ਭੈਣ ਵੱਡੇ ਵੀਰ ਬੈਠੇ ਨੇ ਸਭਨਾਂ ਦਾ ਬਹੁਤ ਬਹੁਤ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਵਿੰਦਰ ਸਿੰਘ ਉਲਕਾ ਸਲੀਮਪੁਰੀ ਜੀ ਨੇ ਬਹੁਤ ਵਧੀਆ ਕੰਮ ਕੀਤਾ, ਬਹੁਤ ਵਧੀਆ ਕੰਮ ਪਹਿਲਾਂ ਵੀ ਕਰ ਰਹੇ ਨੇ ਨਿਰੰਤਰ। ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਤੇ ਪ੍ਰਫੁੱਲਤਾ ਲਈ ਬਹੁਤ ਯਤਨ ਕਰ ਰਹੇ ਨੇ। ਤੋ ਜਿਹੜੇ ਮਹਿਕ ਦੇ ਹਰ ਵੱਲੋਂ ਤੇ ਪੰਜਾਬੀ ਲੇਖਕ ਮਹਿਕ ਦੇ ਮਹਿਕ ਦੇ ਅਲਫਾਜ਼ ਵੀ ਆ, ਕੁੰਗਰ ਦੇ ਹਰਫ ਵੀ ਨੇ। ਲੱਖਾ ਸਲੀਮਪੁਰੀ ਜੀ ਔਰ ਦਵਿੰਦਰ ਖੁਸ਼ਦਿਲ ਦਵਿੰਦਰ ਉਲਟਣਾ ਲੈ ਜਾਂਦੇ ਤੇ ਸਭ ਤੋਂ ਵੱਡੀ ਗੱਲ ਅੱਜ ਦੇ ਇਸ ਠੰਡ ਠਾਰੀ ਦੇ ਮੌਸਮ ਦੇ ਵਿੱਚ ਪੰਜਾਬ ਦੇ ਥਾਂ ਥਾਂ ਤੋਂ ਉੱਠ ਕੇ ਆ ਕੇ ਇਸ ਵਿਹੜੇ ਨੂੰ ਭਾਗ ਲਾਉਣ ਵਾਲੇ ਸਾਡੇ ਸਾਹਿਤਕਾਰ ਕਲਮਕਾਰ ਔਰ ਸੁਨਹਿਰੀ ਕਲਮਕਾਰ, ਕਿਉਂਕਿ ਕਿਤਾਬ ਦਾ ਨਾਂ ਸੁਨਹਿਰੀ ਕਲਮਕਾਰ ਦੇ ਨਾਲ ਸੁਨਹਿਰੀ ਅੱਖਰਾਂ ਤੇ ਲਿਖਿਆ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਮੇਰੇ ਖਿਆਲ ਚ ਇੱਥੇ ਮੇਰੇ ਜਿਹੜੇ ਸਮਾਗਮ ਜਿੰਨੇ ਵੀ ਹੁੰਦੇ ਨੇ, ਹਰ ਹਫ਼ਤੇ ਕੋਈ ਨਾ ਕੋਈ ਸਮਾਗਮ ਹੁੰਦਾ ਹੈ ਅਤੇ ਵੱਡੇ ਤੋਂ ਵੱਡੇ ਕਵੀ ਦਰਬਾਰ ਵੀ ਹੁੰਦੇ ਨੇ,
ਰਾਜਪਾਲ ਕਵੀ ਦਰਬਾਰ ਵੀ ਹੁੰਦੇ ਰਹੇ, ਡਾਕਟਰ ਸੁਰਜੀਤ ਪਾਤਰ ਹੋ ਰਹੀ, ਲਖਵਿੰਦਰ ਜੌਹਲ ਹੋ ਰਹੀ, ਕਿਹੜੇ ਨਾਂ ਨੇ ਮੈਂ ਕਹਿੰਦਾ ਜਿਹੜਾ ਕੋਈ ਇੱਥੇ ਨਾ ਪਹੁੰਚਿਆ ਹੋਵੇ, ਪਰ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੇ ਇੱਥੇ ਪਹੁੰਚਣਾ ਮੇਰੇ ਖਿਆਲ 'ਚ ਮੈਨੂੰ ਸਭ ਤੋਂ ਜ਼ਿਆਦਾ ਸਾਰਥਕ ਲੱਗ ਰਿਹਾ। ਅਤੇ ਮੈਂ ਇਹ ਵੀ ਕਹਿ ਸਕਦਾ ਕਿ ਇਹ ਜਿਹੜਾ ਪ੍ਰੋਗਰਾਮ ਜਾਂ ਕਵੀ ਦਰਬਾਰ ਦੇ ਰੂਪ ਦੇ ਵਿੱਚ ਕਿਤਾਬ ਦਾ ਲੋਕ ਅਰਪਣ ਹੋਣਾ ਸੀ ਇਸ ਥਾਂ ਦੇ ਵਿੱਚੋਂ, ਜਿੰਨੀਆਂ ਰਚਨਾਵਾਂ ਮੈਂ ਇੱਥੇ ਬੈਠ ਕੇ ਸੁਣੀਆਂ ਨੇ ਸਾਰਿਆਂ ਦੀ ਮੈਂ ਜਿੰਨੀ ਕੁ ਤਾਰੀਫ ਕਰਦਾ, ਰਜਵੀਂ ਤਾਰੀਫ ਕਰਦਾ ਔਰ ਕਾਬਲੇ ਤਾਰੀਫ ਸੀ। ਕਈ ਵਾਰ ਕਿਤਾਬ, ਕਿਉਂਕਿ 241 ਪੰਨਿਆਂ ਦੀ ਕਿਤਾਬ ਹੈ, ਮੈਨੂੰ ਨਹੀਂ ਲੱਗਦਾ ਕੋਈ ਪੜ੍ਹਦਾ ਇੱਥੇ ਗੱਲ ਸੁਣਦੀ ਹੋਈ ਸੀ, ਮੈਨੂੰ ਲੱਗਦਾ ਇਹ ਕਿਤਾਬ ਲੈ ਕੇ ਜੇ ਅਸੀਂ ਸਾਰੇ ਲੋਕਾਂ ਦੇ ਰਚਨਾਵਾਂ ਪੜ੍ਹਾਂਗੇ ਫਿਰ ਸਾਨੂੰ ਪਤਾ ਲੱਗੂ ਵੀ ਕਿਹੜੇ ਬੰਦੇ ਨੇ ਚੰਗੇ ਲਿਖਿਆ ਅਤੇ ਮੇਰੀ ਕਲਮ ਹੈ ਜਾਂ ਮੇਰੀ ਸਾਹਿਤ ਦਾ ਸਫ਼ਰ ਹੈ ਜਿਹੜੀ ਮੇਰੀ ਕਵਿਤਾ ਦਾ ਕੱਦ ਹੈ ਉਹਨਾਂ ਦੇ ਮੁਕਾਬਲੇ ਕਿੱਥੇ ਜੇ ਖੜਾ ਹੈ, ਮੇਰੇ 'ਚ ਕੀ ਕਮੀਆਂ ਨੇ। ਮੇਰੇ ਖਿਆਲ 'ਚ ਬਹੁਤ ਅੱਛਾ ਇੱਕ ਵਧੀਆ ਮੈਸੇਜ ਹੈ। 241 ਜਾਨੀ ਕਿ ਪੰਨਿਆਂ 'ਤੇ ਜਿੰਨੀਆਂ ਕਵਿਤਾਵਾਂ, ਗੀਤ, ਗਜ਼ਲਾਂ ਤੁਹਾਡੀਆਂ ਫੈਲੀਆਂ ਹੋਈਆਂ ਨੇ ਉਹ ਸਾਰੀਆਂ ਕਾਬਲੇ ਤਾਰੀਫ ਨੇ। ਔਰ ਖੂਬਸੂਰਤ ਇਹ ਗੱਲ ਹੈ ਵੀ ਸਾਰੀਆਂ ਗਜ਼ਲਾਂ ਅਤੇ ਸਾਰੀਆਂ ਕਵਿਤਾਵਾਂ ਇੱਕ ਸਾਡੀ ਸੁਸਾਇਟੀ ਪ੍ਰਤੀ, ਸਾਡੇ ਆਲੇ ਦੁਆਲੇ ਪ੍ਰਤੀ, ਸਾਡੇ ਵਾਤਾਵਰਨ ਪ੍ਰਤੀ, ਸਾਡੀਆਂ ਯਾਨੀ ਕਿ ਨੈਤਿਕ ਕਦਰਾਂ ਕੀਮਤਾਂ ਪ੍ਰਤੀ, ਔਰ ਜਿੰਨਾ ਸਾਡੇ ਯਾਨੀ ਕਿ ਕਿਤੇ ਨਾ ਕਿਤੇ ਚੀਜ਼ਾਂ ਆ ਰਹੀਆਂ ਨੇ ਸਾਡੇ ਸਿਸਟਮ ਦੇ ਵਿੱਚ ਉਹਨੂੰ ਨਿੰਦਦੀਆਂ ਜਾਂ ਉਹਦੇ ਪ੍ਰਤੀ ਯਾਨੀ ਸਾਨੂੰ ਚਕੱਡਾਂ ਕਰਦੀਆਂ। ਖੂਬਸੂਰਤ ਇਸ ਗੱਲ ਦੀ ਵਿੱਚ ਜਿੰਨੀਆਂ, ਕਿਉਂਕਿ ਮੈਂ ਕਵਿਤਾਵਾਂ ਇੱਥੇ ਬੈਠ ਕੇ ਸੁਣੀਆਂ ਨੇ ਅਤੇ ਮੈਨੂੰ ਲੱਗਿਆ ਨਹੀਂ ਕਿ ਕਿਸੇ ਕਵਿਤਾ ਦਾ, ਕਿਸੇ ਰਚਨਾ ਦਾ ਕੱਦ ਕਿਸੇ ਦੂਜੀ ਰਚਨਾ ਨਾਲੋਂ ਘੱਟ ਹੋਵੇ। ਅਤੇ ਦੂਜੀ ਗੱਲ ਇਸ ਦੇ ਨਾਲ ਬਿਹਤਰ ਮੈਨੂੰ ਇਹ ਵੀ ਲੱਗੀ ਵੀ ਪੇਸ਼ਕਾਰੀ ਕਮਾਲ ਦੀ ਹੈ ਜੀ ਸਾਰਿਆਂ ਦੀ। ਕਈ ਵਾਰ ਹੁੰਦਾ ਮੇਰੇ ਵਰਗੀ ਰਚਨਾ ਕੋਈ ਲਿਖ ਲੈਂਦਾ ਤਾਂ ਉਹਨੂੰ ਯਾਨੀ ਕਿ ਰੀਪ੍ਰਜੈਂਟ ਨਹੀਂ ਕਰਦਾ ਹੁੰਦਾ, ਪਰੋਸਣਾ ਨਹੀਂ ਆਉਂਦਾ। ਕਵਿਤਾ ਜਾਂ ਰਚਨਾ ਉਹਦੀ ਵਧੀਆ ਬਣਦੀ ਹੈ ਜੇ ਉਹਨੂੰ ਪਰੋਸਣਾ ਵੀ ਇੱਕ ਵਧੀਆ ਤਰੀਕੇ ਨਾਲ ਜਾਂ ਉਹਨੂੰ ਪਰੋਸਿਆ ਵੀ ਚੰਗੇ ਤਰੀਕੇ ਨਾਲ ਜਾਂਦਾ ਹੋਵੇ। ਅਤੇ ਜੇ ਰਚਨਾਵਾਂ ਇਸ ਤਰੀਕੇ ਨਾਲ ਪਰੋਸੀਆਂ ਜਾਂਦੀਆਂ ਹੋਣ ਉਹਦੇ ਨਤੀਜੇ ਬਹੁਤ ਵਧੀਆ ਹੁੰਦੇ ਨੇ। ਇਸ ਗੱਲ ਲਈ ਸਾਰੇ ਮੁਬਾਰਕਬਾਦ, ਤੁਸੀਂ ਤਾਂ ਹੈਗੇ ਹੈਗੇ ਹੋ ਪਰ ਲੱਖਾ ਸਲੇਮਪੁਰੀ ਜੀ ਬਹੁਤ ਮੁਬਾਰਕਬਾਦ ਦੇ ਹੱਕ ਸਾਹਿਬ, ਕਿਉਂਕਿ ਕੋਨੇ ਕੋਨੇ ਤੋਂ ਚੀਜ਼ਾਂ 80 ਲੋਕਾਂ ਨੂੰ ਰਚਨਾ, ਮਤਲਬ 80 ਯਾਨੀ ਕਿ ਲੇਖਕਾਂ ਦੇ ਰਚਨਾਵਾਂ ਵਿੱਚ ਸ਼ਾਮਿਲ ਕਰਕੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਮੇਰੇ ਨਾਲ ਜਦੋਂ ਗੱਲਬਾਤ ਚੱਲ ਰਹੀ ਸੀ ਇੱਥੇ ਮੇਰੇ ਕੋਲ ਟਾਈਮ ਨਹੀਂ ਸੀ ਟੇਕ ਟੀਕ ਵਾਲਾ, ਇਹਨਾਂ ਨੇ ਮੈਂ ਕਹਿੰਦਾ ਲੱਖਾ ਸਲੇਮ, ਕਈ ਵਾਰ ਜੇ ਸਾਡੇ ਮਿੱਤਰ ਪਿਆਰ ਵੀ ਸਾਡੇ ਨਾਲ ਬਹੁਤ ਧੱਕਾ ਕਰਦੇ ਨੇ ਤੇ ਮੈਂ ਕਹਿੰਦਾ ਲੱਖਾ ਸਲੇਮਪੁਰੀ ਨੇ ਮੇਰੇ ਨਾਲ ਧੱਕਾ ਕਰਕੇ ਇਹ ਕੰਮ ਕਰਵਾਇਆ ਮੈਥੋਂ, ਇਹ ਕਰਦਾ ਜੀ ਇਹ ਹੋਣਾ ਜੀ ਤੇ ਹੀ ਰੱਖ ਲਈਏ ਅਸੀਂ, ਅਤੇ ਉੱਥੇ ਮੈਂ ਵੀ ਜਵਾਬ ਨਹੀਂ ਦੇ ਸਕਿਆ ਹਾਲਾਂਕਿ ਅੱਜ ਦੇ ਦਿਨ ਦੇ ਸਾਡੇ ਰੁਝੇਵੇਂ ਬਹੁਤ ਸਾਰੇ ਸੀਗੇ। ਪਰ ਮੈਂ ਇਹ ਗੱਲ ਕਹਿੰਦਾ ਲੱਖਾ ਸਲੇਮਪੁਰੀ ਜੀ ਤੁਹਾਡਾ ਮੈਂ ਧੰਨਵਾਦ ਇਸ ਗੱਲ ਦੇ ਵਿੱਚੋਂ ਹੈ, ਜਿੰਨੇ ਜਿੰਨੇ ਕਿ ਅੱਜ ਅਦੀਪ ਲੋਕ ਇੱਥੇ ਪਹੁੰਚੇ ਨੇ, ਮੇਰੇ ਖਿਆਲ 'ਚ ਕਿਸੇ ਫੰਕਸ਼ਨ 'ਚ ਕਦੇ ਪਹਿਲਾਂ ਨਹੀਂ ਆਇਆ ਅਤੇ ਪਹਿਲੀ ਵਾਰ ਇਹਨਾਂ ਦਾ ਮੈਂ ਦਰਸ਼ਨ ਇੱਥੇ ਕਰ ਰਿਹਾ। ਕੋਚਰ ਮੈਮ ਇੱਥੇ ਦੱਸ ਹੀ ਰਿਹਾ ਸੀ, ਮੈਨੂੰ ਵੀ ਖੁਦ ਲੱਗਦਾ ਕਿ ਇਹ ਦਫ਼ਤਰ ਪੰਜਾਬੀ ਮਾਂ ਬੋਲੀ ਦੀ ਬਾਤ ਪਾਉਂਦਾ ਹੈ। ਕਿਸੇ ਜ਼ਿਲ੍ਹੇ 'ਚ ਵੀ ਜਾਓਗੇ ਦੇਖੋਗੇ ਪੰਜਾਬ ਦਾ ਪਹਿਲਾ ਇੱਕ ਦਫ਼ਤਰ ਹੈ ਜਿਹੜਾ ਸਮਾਰਟ ਦਫ਼ਤਰ ਹੈ, ਮਾਡਲ ਦਫ਼ਤਰ ਹੈ, ਔਰ ਇਹਦੇ ਵਿੱਚ ਕਿਤੇ ਵੀ ਤੁਸੀਂ ਇਸ ਦਵਾ ਕੰਧ ਨੂੰ ਨਿਗਾਹ ਮਾਰ ਕੇ ਦੇਖੋ, 5-6 ਕਮਰੇ ਨੇ ਸਾਡੇ ਕੋਲ, ਸਾਰਿਆਂ ਦੇ ਵਿੱਚ ਇਸ ਤਰੀਕੇ ਨਾਲ ਮਾਂ ਬੋਲੀ ਦੀਆਂ ਯਾਨੀ ਕਿ ਗੱਲਾਂ ਬਾਤਾਂ ਨੇ, ਸੈਮੀਨਾਰ ਹਾਲ ਸਾਡੇ ਕੋਲ, ਕੰਪਿਊਟਰ ਲੈਬ ਆ ਮੇਰੇ ਕੋਲ ਇੱਥੇ, ਅਤੇ ਮੇਰਾ ਦਫ਼ਤਰ, ਮੇਰਾ ਸਟਾਫ ਬਹੁਤ ਅੱਛਾ ਇੱਥੇ, ਬਹੁਤ ਮਿਹਨਤੀ ਸਟਾਫ ਹੈਗਾ ਇੱਥੇ, ਸਾਡੇ ਸਟੂਡੈਂਟ ਬਹੁਤ ਮਿਹਨਤੀ ਨੇ ਕਿਉਂਕਿ ਸਟੈਨੋਗ੍ਰਾਫੀਆਂ ਕਲਾਸਾਂ 'ਚ ਚੱਲਦੀਆਂ ਨੇ, ਬਹੁਤ ਹੀ ਸਾਰਾ ਆਪਾਂ ਕਹਿ ਸਕਦੇ ਸਭ ਕੁਝ ਇੱਥੇ ਹੈ। ਪਰ ਮੈਂ ਇਹ ਮੰਨਦਾ ਸੀਗੇ ਵੀ ਜੇ ਚੀਜ਼ ਬਾਕੀ ਥਾਵਾਂ 'ਤੇ ਵੱਡੇ ਵੱਡੇ ਲੇਖ ਇੱਥੇ ਸਾਰੇ ਪਹੁੰਚਦੇ ਨੇ, ਮੈਂ ਤੁਹਾਡਾ ਕਦਮ ਕਿਸੇ ਵੀ ਪੱਖ ਤੋਂ ਛੋਟਾ ਨਹੀਂ ਮੰਨਦਾ, ਪਰ ਮੈਨੂੰ ਆਪਣੇ ਆ ਕੇ ਭਾਸ਼ਾ ਭਾਗ ਬਹਾਲੀ ਦਾ ਵਿਹੜਾ ਖੂਬਸੂਰਤ ਹੋਰ ਜ਼ਿਆਦਾ ਲੱਗਿਆ ਵੀ ਤੁਹਾਡੇ ਵਰਗੇ ਲੋਕ ਵੀ ਇੱਥੇ ਪਹੁੰਚੇ ਨੇ। ਮੈਨੂੰ ਆਪਣੇ ਆਪ ਵਿੱਚ ਗੱਲ ਦੇਖੀ ਆ, ਮੈਂ ਆਪਣੀ ਪੱਧਰ 'ਤੇ, ਆਪਣੇ ਸਾਰੀ ਸਟਾਫ ਦੀ ਪੱਧਰ 'ਤੇ, ਭਾਸ਼ਾ ਵਿਭਾਗ ਦੀ ਪੱਧਰ 'ਤੇ ਤੁਹਾਨੂੰ ਸਾਰਿਆਂ ਨੂੰ ਨਾਲ ਨਾਲ ਜੀਆ ਵੀ ਕਹਿੰਦਾ ਅਤੇ ਤੁਹਾਡਾ ਧੰਨਵਾਦ ਵੀ ਕਰਦਾ। ਅਖੀਰ ਦੇ ਵਿੱਚ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਗੱਲ ਲਈ ਤੁਸੀਂ ਇਸ ਮੌਸਮ ਦੇ ਵਿੱਚ ਇੱਥੇ ਆਏ ਔਰ ਆਪਣੀਆਂ ਰਚਨਾਵਾਂ ਸਾਨੂੰ ਸੁਣਾ ਕੇ ਗਏ। ਇੱਕ ਬਹੁਤ ਸੋਹਣਾ ਖੂਬਸੂਰਤ ਕਵੀ ਦਰਬਾਰ ਅਸੀਂ ਕੀਤਾ ਸੁਣਿਆ, ਪ੍ਰਧਾਨਗੀ ਮੰਡਲ 'ਚ ਜਿਹੜਾ ਬੰਦਾ ਸ਼ਾਮਲ ਹੁੰਦਾ ਇੱਕ ਉਹਨੂੰ ਤਾਂ ਹੁੰਦਾ ਉਹਨੇ ਸਾਰਿਆਂ ਨੂੰ ਸੁਣਨਾ, ਉਹ ਤਾਂ ਮਰਜ਼ੀ ਹੈ ਤੁਹਾਡੀ, ਕੋਈ ਪ੍ਰਧਾਨ ਨੂੰ ਸੁਣੇ ਜਾਂ ਨਾ ਸੁਣੇ,
ਪਰ ਇਹ ਜ਼ਰੂਰੀ ਹੈ, ਮੈਨੂੰ ਲੱਗਿਆ ਮੈਨੂੰ ਵੀ ਤੂੰ ਸੁਣਿਆ, ਇਹ ਚੰਗੀ ਗੱਲ ਹੈ। ਪਰ ਇਹ ਹੈ ਵੀ ਮੈਨੂੰ ਕਵਿਤਾ ਨਹੀਂ ਆਉਂਦੀ, ਮੈਂ ਕਵਿਤਾ ਦਾ ਆਲੋਚਕ ਹੈ। ਪਰ ਆਲੋਚਕਾਂ ਦੇ ਪੱਖ ਤੋਂ ਮੈਂ ਇਹ ਗੱਲ ਕਹਿ ਸਕਦਾ ਵੀ ਬਹੁਤ ਸੋਹਣੀਆਂ ਰਚਨਾਵਾਂ, ਖੂਬਸੂਰਤ ਰਚਨਾਵਾਂ, ਬਹੁਤ ਸੋਹਣੀਆਂ ਨਜ਼ਮਾਂ ਤੁਸੀਂ ਇੱਥੇ ਪੇਸ਼ ਕੀਤੀਆਂ। ਮੈਂ ਅਰਦਾਸ ਕਰਦਾ ਤੁਹਾਡੀ ਕਲਮ ਨੂੰ ਹੋਰ ਚਾਰ ਚੰਨਣ ਲੱਗਾ, ਤੁਹਾਡੀਆਂ ਕਲਮਾਂ ਦੇ ਰੰਗ ਹੋਰ ਗੂੜੇ ਹੋਣ, ਤੁਹਾਡੀ ਸ਼ਾਹੀ ਹੋਰ ਗੂੜੀ ਹੋਵੇ, ਅਤੇ ਲੋਕ ਆਵਾਜ਼ ਬਣਦੀ ਰਹੇ ਕਲਮ, ਅਤੇ ਸੁਨਹਿਰੀ ਕਲਮਾਂ ਦਾ ਕਾਫਲਾ ਇਸ ਤਰੀਕੇ ਨਾਲ ਚੱਲਦਾ ਰਹੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸ਼ਲੋਕ ਦਿੱਤਾ, ਸਾਰਿਆਂ ਨੇ ਰਚਨਾਵਾਂ ਭੇਜੀਆਂ, ਬਹੁਤ ਪਿਆਰੀਆਂ ਰਚਨਾਵਾਂ ਸੀ, ਅਤੇ ਅਸੀਂ ਸੰਪਾਦਕੀ 'ਚ ਇਸ ਬੁੱਕ ਲਈ ਸਫਲ ਹੋਏ, ਅਤੇ ਤੁਹਾਡੇ ਸਾਰਿਆਂ ਵੱਲੋਂ ਅਸੀਂ ਰਿਵਿਊ ਦਾ ਵੀ ਚਾਹੁੰਦੇ ਹਾਂ ਵੀ ਸਾਨੂੰ ਰਿਵਿਊ ਦਿਓ, ਬੁੱਕ ਤੁਹਾਨੂੰ ਕਿਵੇਂ ਲੱਗੀ ਬਣੀ ਹੋਈ, ਅਤੇ ਸਾਰਿਆਂ ਦਾ ਅੱਜ ਆਇਆਂ ਨੂੰ ਵੀ ਜੀ ਆਇਆਂ, ਇੰਨੀ ਠੰਡ ਦੇ ਵਿੱਚ ਸਾਰੇ ਜਿਹੜੇ ਆਏ ਉਹਨਾਂ ਲਈ ਸਾਡੇ ਵੱਲੋਂ ਜੀ ਆਇਆਂ, ਅਤੇ ਬਾਈ ਜੀ ਦਾ ਖਾਲਸਾ ਹੋ। ਗਜ਼ਲਾਂ ਵਿੱਚ ਪਰੋਂਦੇ ਪੀੜਾ ਜਦ ਜਦ ਦਿਲ ਤੇ ਹੱਲੇ, ਗਜ਼ਲਾਂ ਵਿੱਚ ਪਰੋਂਦੇ ਪੀੜਾ ਜਦ ਜਦ ਦਿਲ ਤੇ ਹੱਲੇ ਹੁੰਦੇ, ਹੁੰਦੀ ਜਿੱਤ ਯਕੀਨਨ ਪੱਕੀ, ਹਾਰ ਕਦੇ ਨਾ ਹਿੱਸੇ ਆਉਂਦੀ, ਹੁੰਦੀ ਜਿੱਤ ਯਕੀਨਨ ਪੱਕੀ, ਹਾਰ ਕਦੇ ਨਾ ਹਿੱਸੇ ਆਉਂਦੀ, ਉਸਨੂੰ ਕੌਣ ਹਰਾ ਸਕਦਾ ਹੈ, ਲੋਕੀ ਜਿਸਦੇ ਬੱਲੇ, ਤੇ ਡਾਕ ਜਵਾਬੀ ਮੈਂ ਵੀ ਘੱਲਦਾ, ਘੱਲਦਾ ਉਹਦੇ ਨਾਂ ਦੇ ਉੱਤੇ, ਡਾਕ ਜਵਾਬੀ ਮੈਂ ਵੀ ਘੱਲਦਾ, ਘੱਲਦਾ ਉਹਦੇ ਨਾਂ ਦੇ ਉੱਤੇ, ਮੇਰੇ ਮਹਿਰਮ ਮੇਰੇ ਨਾਂ ਤੇ ਇੱਕ ਦੋ ਖੱਤ ਜੇ ਘੱਲੇ, ਤੇ ਅਕਸਰ ਹੀ ਮੈਂ ਸੋਚਾਂ ਇਹ ਗੱਲ ਭੁੱਖੇ ਮਰਦੇ ਕਿਹੜੀ ਗੱਲੋਂ, ਅਕਸਰ ਹੀ ਮੈਂ ਸੋਚਾਂ ਇਹ ਗੱਲ ਭੁੱਖੇ ਮਰਦੇ ਕਿਰਤੀ ਕਾਹਤੋਂ, ਹੱਥੋਂ ਵੱਧ ਇਹ ਮਿਹਨਤ ਕਰਕੇ ਵੀ ਕਾਹਤੋਂ ਕਰਦੇ ਥੱਲੇ ਹੁੰਦੇ, ਹੱਥੋਂ ਵੱਧ ਇਹ ਮਿਹਨਤ ਕਰਕੇ ਵੀ ਕਾਹਤੋਂ ਕਰਦੇ ਥੱਲੇ ਹੁੰਦੇ, ਖੁਸ਼ੀਆਂ ਖੇੜੇ ਰੋਜ਼ ਲਟਾਵੇ, ਖੁਸ਼ੀਆਂ ਖੇੜੇ ਰੋਜ਼ ਲਟਾਵੇ ਇਹ ਆਪਣੇ ਮਹਿਬੂਬ ਦੀ ਖਾਤਰ, ਦਰਦ ਖਜ਼ਾਨੇ ਐਪਰ ਫਿਰ ਵੀ ਕਿਉਂ ਆਸ਼ਕ ਦੇ ਪੱਲੇ ਹੁੰਦੇ, ਤੇ ਜਾਇਦਾਦ ਨਿਰਾਲੀ ਨਾਥਾਂ ਦੀ ਜੋ ਅੰਧਾਂ ਤੀਕਰ ਨਾਲ ਨਿਭੇ, ਗਲ ਵਿੱਚ ਗਾਨੀ ਖਾਲੀ ਠੂਠਾ ਹੱਥੀ ਸ਼ਾਪਾਂ ਛੱਲੇ ਹੁੰਦੇ, ਤੇ ਯਾਰ ਯਕੀਨਨ ਹੋ ਸਕਦੀ ਹੈ ਹਰ ਸ਼ੈ ਬਾਸੀ ਦੁਨੀਆਂ ਦੀ, ਯਾਰ ਯਕੀਨਨ ਹੋ ਸਕਦੀ ਹੈ ਹਰ ਸਹਿ ਬਾਸੀ ਦੁਨੀਆਂ ਦੀ, ਮਿਲਦੇ ਪਾਕ ਮੁਹੱਬਤ ਵਿੱਚ ਜੋ ਜ਼ਖਮ ਸਦਾ ਹੱਲੇ, ਮਿਲਦੇ ਪਾਕ ਮੁਹੱਬਤ ਵਿੱਚ ਜੋ ਜ਼ਖਮ ਸਦਾ ਹੀ ਅੱਲੇ ਹੁੰਦੇ, ਇਤਿਹਾਸ ਗਵਾਹੀ ਭਰਦਾ ਹੈ ਇਹ ਹੋਰ ਟਿਕਾਣਾ ਭਾਲਣ ਨਾ, ਇਤਿਹਾਸ ਗਵਾਹੀ ਭਰਦਾ ਹੈ ਇਹ ਹੋਰ ਟਿਕਾਣਾ ਭਾਲਣ ਨਾ, ਸੋਚਾਂ ਵਿੱਚ ਵੀ ਸ਼ਾਇਰ ਲੋਕਾਂ ਦਰ ਮਹਿਬੂਬ ਦੇ ਮੱਲੇ ਹੁੰਦੇ, ਸੋਚਾਂ ਵਿੱਚ ਵੀ ਸ਼ਾਇਰ ਲੋਕਾਂ ਦਰ ਮਹਿਰਮ ਦੇ ਮੱਲੇ ਹੁੰਦੇ, ਉਹਨਾਂ ਕਰਕੇ ਭੱਟੀ ਖੁਦ ਨੂੰ, ਮਮਤਾ ਜੀ ਹਾਜ਼ਰ ਹੈ ਕਿ ਉਹਨਾਂ ਕਰਕੇ ਭੱਟੀ ਖੁਦ ਨੂੰ ਤੂੰ ਵੱਡਾ ਸ਼ਾਇਰ ਸਮਝੀ ਨਾ, ਉਹਨਾਂ ਕਰਕੇ ਤੂੰ ਭੱਟੀ ਖੁਦ ਨੂੰ ਵੱਡਾ ਸ਼ਾਇਰ ਸਮਝੀ ਨਾ, ਸ਼ੇਰ ਸੁਣਨ ਤੋਂ ਪਹਿਲਾਂ ਜਿਹੜੇ ਘਰ ਦੇ ਬੱਲੇ ਬੱਲੇ ਹੁੰਦੇ, ਸ਼ੇਰ ਸੁਣਨ ਤੋਂ ਪਹਿਲਾਂ ਜਿਹੜੇ ਘਰ ਦੇ ਬੱਲੇ ਹੁੰਦੇ, ਸ਼ੁਕਰੀਆ ਸ਼ੁਭਾਸ਼। ਆਪਣੇ ਹਮ ਉਮਰ ਸਾਥੀਆਂ ਨਾਲ ਹਰ ਦਿਨ ਨਵੀਆਂ ਖੇਡਾਂ ਖੇਡਦਾ, ਖੇਡਾਂ ਖੇਡਦਾ ਖੇਡਦਾ ਵੱਡਾ ਹੋ ਜਾਂਦਾ, ਖੇਡ ਦੇ ਮੈਦਾਨ ਵਿੱਚ ਮੁਕਾਬਲੇ ਦੀ ਭਾਵਨਾ ਦੇ ਨਾਲ ਜਾਂਦਾ, ਨਿੱਤ ਨਵੀਆਂ ਤਕਨੀਕਾਂ ਬਣਾਉਂਦਾ ਨਵੀਆਂ ਖੇਡਾਂ ਨੂੰ ਜਿੱਤਣ ਲਈ, ਨਿੱਤ ਨਵੀਆਂ ਤਕਨੀਕਾਂ ਬਣਾਉਂਦਾ ਨਵੀਆਂ ਖੇਡਾਂ ਨੂੰ ਜਿੱਤਣ ਲਈ, ਫਿਰ ਵੱਡਾ ਹੋ ਕਾਲਜ ਲੈਵਲ 'ਤੇ ਅੰਤਰਰਾਜੀ ਮੁਕਾਬਲੇ 'ਚ ਨਵੀਆਂ ਖੇਡਾਂ ਨੂੰ ਜਿੱਤਣ ਮੁਕਾਬਲੇ ਦੀ ਭਾਵਨਾ ਦੇ ਨਾਲ ਫਿਰ ਨਵੀਆਂ ਖੇਡਾਂ ਖੇਡਦਾ, ਬਸ ਹੌਲੀ ਹੌਲੀ
ਜ਼ਿੰਦਗੀ ਦੀਆਂ ਇਹੋ ਜਿਹੀਆਂ ਨਵੀਆਂ ਖੇਡਾਂ 'ਚ ਫਸਦਾ ਜਾਂਦਾ। ਹੌਲੀ ਹੌਲੀ ਜ਼ਿੰਦਗੀ ਦੀਆਂ ਇਹੋ ਜਿਹੀਆਂ ਨਵੀਆਂ ਖੇਡਾਂ ਵਿੱਚ ਫਸਦਾ। ਰੂਪ ਅਜੋਕਾ ਗੁਰੂਆਂ ਦਿੱਤਾ ਨਾਂ ਮੇਰਾ ਪੰਜਾਬੀ, ਰੂਪ ਅਜੋਕਾ ਗੁਰੂਆਂ ਦਿੱਤਾ ਨਾਂ ਮੇਰਾ ਪੰਜਾਬੀ, ਅੱਖਰ ਅੱਖਰ ਪੜ੍ਹ ਕੇ ਦੇਖੋ ਲਿਖੇ ਜੋ ਗੁਰੂ ਫਕੀਰਾਂ, ਮਿਟ ਜਾਵੇ ਅਗਿਆਨ ਹਨੇਰਾ ਬਣ ਜਾਵਣ ਤਕਦੀਰਾਂ, ਉੱਚਾ ਸੁੱਚਾ ਰੁਤਬਾ ਮੇਰਾ ਮੇਰੀ ਚਾਲ ਨਵਾਜੀ, ਰੂਪ ਅਜੋਕਾ ਗੁਰੂਆਂ ਦਿੱਤਾ ਨਾਂ ਮੇਰਾ ਪੰਜਾਬੀ, ਸਰਲ ਸਾਫ ਤੇ ਸੁੰਦਰ ਭਾਸ਼ਾ ਜਾਂਦੇ ਹੋ ਇਸਰਾਈ, ਮਾਂ ਬੋਲੀ ਦਾ ਦਰਜਾ ਮੇਰਾ ਗੁਰੂਆਂ ਦੀ ਮਹਾਂਗਾਈ, ਵੀਰ ਭੈਣ ਸਾਰੇ ਨੇ ਮਾਝੀ ਮਾਲਵੀ ਤੇ ਦੁਆਬੀ, ਰੂਪ ਅਜੋਕਾ ਗੁਰੂਆਂ ਦਿੱਤਾ ਨਾਂ ਮੇਰਾ ਪੰਜਾਬੀ, ਰੂਪ ਅਜੋਕਾ ਗੁਰੂਆਂ ਦਿੱਤਾ ਨਾਂ ਮੇਰਾ ਪੰਜਾਬੀ, ਆਪਣੀ ਬੋਲੀ ਵਿਸਾ ਆਪਣਾ ਛੱਡੀ ਜਿਹੜੇ ਜਾਂਦੇ, ਪੈਸਾ ਬਹੁਤ ਕਮਾ ਲੈਂਦੇ ਪਰ ਦੁੱਖ ਵਧੇਰੇ ਪਾਉਂਦੇ, ਜਲ ਨਾਲੋਂ ਟੁੱਟਣ ਦੇ ਕਾਰਨ ਹੁੰਦੀ ਬੜੀ ਖਰਾਬੀ, ਰੂਪ ਅਜੋਕਾ ਗੁਰੂਆਂ ਦਿੱਤਾ ਨਾਂ ਮੇਰਾ ਪੰਜਾਬੀ, ਰੂਪ ਅਜੋਕਾ ਗੁਰੂਆਂ ਦਿੱਤਾ ਨਾਂ ਮੇਰਾ ਪੰਜਾਬੀ। ਗੁੜੀ ਗਮਾ ਦਾ ਖੁਮਾਰ ਹੋਣਾ ਫਿਰ ਸਰ ਤਾਜ ਦਾ ਵੀ ਸ਼ਹਿਰਾਂ ਚ ਸ਼ੁਮਾਰ ਹੋਣਾ, ਉਦੋਂ ਸਾਲ ਗਿਰਾ ਖਵਾਬ ਖਿਆਲਾਂ ਦੀ ਮਨਾਉਣਗੇ, ਤੇਰੇ ਨਾ ਬਿਤਾਏ ਦਿਨ ਬੜੇ ਯਾਦ ਆਉਣਗੇ, ਰੂਹਾਂ ਵਾਲਾ ਗੀਤ ਰੂਹਾਂ ਵਾਲਾ ਗੀਤ। ਬੇਬੇ ਬਾਪੂ ਹਾਲੇ ਪੁਰਾਣੇ ਵਿੱਚ ਮਕਾਨ ਬੈਠੇ ਨੇ, ਪਰ ਬੇਬੇ ਬਾਪੂ ਹਾਲੇ ਪੁਰਾਣੇ ਵਿੱਚ ਮਕਾਨ ਬੈਠੇ ਨੇ, ਖਰੀਦਣ ਆਏ ਉਹ ਮੇਰਾ ਇਮਾਨ ਯਾਰੋ, ਖਰੀਦਣ ਆਏ ਉਹ ਮੇਰਾ ਇਮਾਨ ਯਾਰੋ, ਜਿਹੜੇ ਖੀਸੇ ਦੇ ਵਿੱਚ ਪਾ ਕੇ ਭਾਣ ਬੈਠੇ ਨੇ, ਜਿਹੜੇ ਖੀਸੇ ਦੇ ਵਿੱਚ ਪਾ ਕੇ ਭਾਣ ਬੈਠੇ ਨੇ। ਲਾਸਟ ਚਿਹਰਾ ਕਿਵੇਂ ਗਵਾਚ ਜਾਵਾਂ ਤੇਰੀਆਂ ਜ਼ੁਲਫਾਂ ਦੇ ਜਾਲ ਵਿੱਚ, ਕਿਵੇਂ ਗਵਾਚ ਜਾਵਾਂ ਤੇਰੀਆਂ ਜ਼ੁਲਫਾਂ ਦੇ ਜਾਲ ਵਿੱਚ, ਹਾਲੇ ਤਾਂ ਮੇਰੇ ਬੇਬੇ ਬਾਪੂ ਹੋ ਕੇ ਮੈਥੋਂ ਕੁਰਬਾਨ ਬੈਠੇ ਨੇ, ਹਾਲੇ ਤਾਂ ਮੇਰੇ ਬੇਬੇ ਬਾਪੂ ਹੋ ਕੇ ਮੈਥੋਂ ਕੁਰਬਾਨ ਬੈਠੇ ਨੇ, ਵੇਖ ਤੇਰੇ ਸ਼ਹਿਰ ਵਿੱਚ ਕਿੰਨੇ ਪੁਰਸ਼ ਮਹਾਨ ਬੈਠੇ ਨੇ, ਵੰਡ ਕੇ ਮੰਦਰ ਮਸੀਤਾਂ ਗੁਰਦੁਆਰੇ ਤੇ ਸ਼ਮਸ਼ਾਨ ਬੈਠੇ। ਉਜਾੜ ਕੇ ਬਣਿਆ ਸੋਹਣਾ ਇੱਕ ਮਹੱਲ ਹੈ ਸੱਜਣਾ, ਜਿੱਥੇ ਪੜੀਆਂ ਗਈਆਂ ਨਮਾਜ਼ਾਂ, ਜਿੱਥੇ ਪੜੀਆਂ ਗਈਆਂ ਨਮਾਜ਼ਾਂ, ਖੜਕੇ ਉੱਥੇ ਟੱਲ ਹੈ ਸੱਜਣਾ। ਸਾਗਰ ਵਿੱਚੋਂ ਉੱਠੀ ਸੀ ਜੋ ਜੀਵਨੀ ਵੀ ਇੱਕ ਛੱਲ ਹੈ ਸੱਜਣਾ, ਦੋਸਤ ਬਣ ਕੇ ਨਾਲ ਸੀ ਤੁਰਿਆ, ਦੋਸਤ ਬਣ ਕੇ ਨਾਲ ਸੀ ਤੁਰਿਆ, ਅੱਜ ਉਹ ਦੁਸ਼ਮਣ ਵੱਲ ਹੈ ਸੱਜਣਾ। ਜੋ ਹੋਣਾ ਏ ਹੋ ਕੇ ਰਹਿਣਾ, ਜੋ ਹੋਣਾ ਏ ਹੋ ਕੇ ਰਹਿਣਾ, ਉਹਦਾ ਹੁਕਮ ਅਟਲ ਹੈ ਸੱਜਣਾ। ਮੌਕਾ ਕੋਈ ਵੀ ਜਾਣ ਨਹੀਂ ਦਿੰਦਾ, ਮੌਕਾ ਕੋਈ ਵੀ ਜਾਣ ਨਹੀਂ ਦਿੰਦਾ, ਹਰ ਕੋਈ ਲਾਉਂਦਾ ਖੱਲ ਹੈ ਸੱਜਣਾ। ਕਹਿ ਲੈਂਦੇ ਸੀ ਸੁਣ ਲੈਂਦੇ ਸੀ, ਕਹਿ ਲੈਂਦੇ ਸੀ ਸੁਣ ਲੈਂਦੇ ਸੀ,
ਹੁਣ ਕਿਹਦੇ ਕੋਲ ਪਲ ਹੈ ਸੱਜਣਾ? ਆਖਰੀ ਲਾਈਨਾਂ ਜੀ, ਕੇਵਲ ਆਪਣਾ ਮਤਲਬ ਕੱਢਣਾ, ਕੇਵਲ ਆਪਣਾ ਮਤਲਬ ਕੱਢਣਾ ਨਾ ਰਣਜੀਤ ਨੂੰ ਵੱਲ ਹੈ ਸੱਜਣਾ, ਸਮੇਂ ਸਮੇਂ ਦੀ ਗੱਲ ਹੈ ਸੱਜਣਾ, ਜੋ ਅੱਜ ਨਹੀਂ ਉਹ ਕੱਲ ਹੈ ਸੱਜਣਾ। ਬਹੁਤ ਬਹੁਤ ਧੰਨਵਾਦ। ਪੇਸ਼ ਕਰਨ ਲੱਗਣ ਜੀ ਚਰਖਾ, ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੈਮ ਕੁਲਵੰਤ ਕੌਰ ਚਰਨ ਫਰਾਂਸ, ਜਿਨ੍ਹਾਂ ਨੇ ਮੇਰੇ ਗੀਤ ਨੂੰ ਤਰਜ ਕੇ ਅਤੇ ਤਰਜ ਬਣਾ ਕੇ ਦਿੱਤਾ। ਸਰ ਉਮੀਦ ਕਰਦਾ ਗਾ ਵੀ ਤੁਹਾਨੂੰ ਪਸੰਦ ਆਊ ਬਈ। ਹੋ ਤੜਕੇ ਉੱਠ ਕੇ ਦੁੱਧ ਪਹਿੜਕਾ, ਤੜਕੇ ਉੱਠ ਕੇ ਦੁੱਧ ਪਹਿੜਕਾ, ਮਾਂ ਤੇਰੀ ਵੇ ਮੈਨੂੰ ਮਾਰੇ ਚਿੜਕਾ, ਮਾਂ ਤੇਰੀ ਵੇ ਮੈਨੂੰ ਮਾਰੇ ਚਿੜਕਾ, ਮੈਂ ਚਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੇ ਹੋ ਮੈਨੂੰ ਨਾਲ, ਮੈਂ ਚਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੇ ਹੋ ਮੈਨੂੰ ਨਾਲ, ਮੈਂ ਚਿੜਕਾਂ ਤੋਂ ਬਚ ਜਾਂਦੀ। ਉਹ ਸੱਜ ਵੇ ਆਈ ਛੱਡ ਕੇ ਟੁਰ ਗਿਓ, ਕੌਣ ਦਿਲਾਂ ਦੀਆਂ ਜਾਣੇ, ਦਿਨੇ ਤਾਂ ਲੜਦੀ ਮਾਂ ਵੇ ਤੇਰੀ, ਰਾਤੀ ਹੁੰਦੇ ਨਹੀਂ ਨਵਾਣੇ, ਉਹ ਦਿਨੇ ਤਾਂ ਲੜਦੀ ਮਾਂ ਵੇ ਤੇਰੀ, ਰਾਤੀ ਰੋਂਦੇ ਨੇ ਨਵਾਣੇ, ਪਰਦੇਸੋਂ ਮੁੜ ਕੇ ਆ ਜਾ ਚੰਨਾ, ਉਹ ਪਰਦੇਸੋਂ ਮੁੜ ਕੇ ਆ ਜਾ ਚੰਨਾ, ਮੈਥੋਂ ਹੁੰਦੀ ਨਾ ਸੰਭਲੋ ਸੰਭਾਲ, ਮੈਂ ਚਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋ ਪਰਦੇਸ, ਮੈਂ ਚਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋ ਮੈਨੂੰ ਨਾਲ, ਮੈਂ ਚਿੜਕਾਂ ਤੋਂ ਬਚ ਜਾਂਦੀ। ਉਹ ਦਿਲ ਦੀਆਂ ਰਮਜਾਂ ਸਮਝ ਵੇ ਢੋਲਾ, ਛੱਡ ਦੇ ਦੇਸ਼ ਬੇਗਾਨਾ, ਉਹ ਦਿਲ ਦੀਆਂ ਰਮਜਾਂ ਸਮਝ ਵੇ ਢੋਲਾ, ਛੱਡ ਦੇ ਦੇਸ਼ ਬੇਗਾਨਾ, ਬਾਜੇ ਖਾਨੇ ਪਿੰਡ ਦਾ ਹਰ ਬੰਦਾ ਮਾਰੇਗਾ ਵੇ ਤਾਨਾ, ਬਾਜੇ ਖਾਨੇ ਪਿੰਡ ਦਾ ਹਰ ਬੰਦਾ ਮਾਰੇਗਾ ਵੇ ਤਾਨਾ, ਮਰ ਜੂ ਕੁਝ ਖਾ ਕੇ ਗੁਰਮੀਤ ਤੇ ਹੋਣੇ ਫਿਰ ਬੜੇ ਸਵਾਲ, ਮੈਂ ਚਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋ ਪਰਦੇਸ, ਮੈਂ ਚਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋ ਮੈਨੂੰ ਨਾਲ, ਮੈਂ ਚਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋ ਪਰਦੇਸ, ਮੈਂ ਚਿੜਕਾਂ ਤੋਂ ਬਚ ਜਾਂਦੀ।